ਪੰਜਾਬ ਦੇ ਕੁਝ ਪਿੰਡਾਂ ਵਿੱਚ ਕੁਦਰਤ ਦਾ ਅਜਿਹਾ ਕ੍ਰਿਸ਼ਮਾ ਵੀ ਦੇਖਣ ਨੂੰ ਮਿਲਦਾ ਏ ਕਿ ਹਰ ਕੋਈ ਹੈਰਾਨ ਰਹਿ ਜਾਂਦਾ ਏ। ਇੱਥੇ ਪਾਣੀ ਦੇ ਚਸ਼ਮੇ ਆਪ ਮੁਹਾਰੇ ਫੁੱਟਦੇ ਨੇ, ਟਿਊਬਵੈੱਲ ਬਿਨਾਂ ਕਿਸੇ ਬਿਜਲੀ ਕੁਨੈਕਸ਼ਨ ਜਾਂ ਇੰਜਣਾਂ ਦੇ ਦਿਨ ਰਾਤ ਚੱਲਦੇ ਰਹਿੰਦੇ ਨੇ। ਪਿੰਡਾਂ ਵਾਲੇ ਕੁਦਰਤ ਦੇ ਇਸ ਕ੍ਰਿਸ਼ਮੇ ਦਾ ਆਨੰਦ ਮਾਣਦਿਆਂ ਨਹੀਂ ਥੱਕਦੇ। ਉਹ ਆਖਦੇ ਨੇ ਕਿ ਸਾਡੇ ਪਿੰਡਾਂ ਉੱਤੇ ਕੁਦਰਤ ਦੀ ਸੁਵੱਲੀ ਨਜ਼ਰ ਹੈ। ਦੂਰ ਦੁਰਾਡੇ ਦੇ ਲੋਕ ਇਹ ਨਜ਼ਾਰਾ ਦੇਖਣ ਲਈ ਅਕਸਰ ਆਉਂਦੇ ਜਾਂਦੇ ਰਹਿੰਦੇ ਨੇ। ਅਜੀਤ ਵੈੱਬ ਟੀਵੀ ਦੀ ਟੀਮ ਵੱਲੋਂ ਇਸ ਕ੍ਰਿਸ਼ਮੇ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਗਿਆ ਤਾਂ ਜੋ ਦਰਸ਼ਕਾਂ ਦੀ ਨਜ਼ਰ ਕੀਤਾ ਜਾ ਸਕੇ। ਪਾਣੀ ਦੇ ਇਹਨਾਂ ਆਪ ਮੁਹਾਰੇ ਫੁੱਟਣ ਵਾਲੇ ਚਸ਼ਮਿਆਂ ਦੇ ਉੱਤੇ ਅਸੀਂ ਲੈ ਕੇ ਆਵਾਂਗੇ ਬਹੁਤ ਜਲਦ ਇੱਕ ਵਿਸ਼ੇਸ਼ ਰਿਪੋਰਟ, ਪਾਣੀ ਦੇ ਚਸ਼ਮੇ।